ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਤੇ ਪੰਜਾਬੀ ਮੁੰਡੇ ਜਸਪ੍ਰੀਤ ਬੁਮਰਾਹ ਨੇ ਵਿਆਹ ਕਰਵਾ ਲਿਆ। ਬੁਮਰਾਹ ਨੇ ਟੀਵੀ ਪ੍ਰੈਜ਼ੈਂਟਰ ਸੰਜਨਾ ਗਣੇਸ਼ਨ ਦੇ ਨਾਲ ਵਿਆਹ ਕੀਤਾ। ਕਈ ਦਿਨਾਂ ਤੋਂ ਬੁਮਰਾਹ ਦੇ ਵਿਆਹ ਦੀਆਂ ਕਿਆਸ ਰਾਹੀਆਂ ਮੀਡੀਆ ਵਿੱਚ ਚੱਲ ਰਹੀਆਂ ਸਨ। ਇਸ ਦੇ ਨਾਲ ਹੀ ਉਹ ਕਿਸ ਦੇ ਨਾਲ ਵਿਆਹ ਕਰਨ ਵਾਲੇ ਨੇ, ਇਸ ਨੂੰ ਵੀ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਹੁਣ ਜਸਪ੍ਰੀਤ ਬੁਮਰਾਹ ਅਤੇ ਸੰਜਨਾ ਗਣੇਸ਼ਨ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀਆਂ ਨੇ। ਦੋਨਾਂ ਨੇ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਊਂਟ 'ਤੇ ਇੱਕੋ ਵਰਗਾ ਸੰਦੇਸ਼ ਲਿਖਿਆ, ਜਿਸ ਵਿੱਚ ਕਿਹਾ ਗਿਆ, ਜੇਕਰ ਤੁਸੀਂ ਪਿਆਰ ਦੇ ਕਾਬਲ ਹੋ ਤਾਂ ਉਹ ਤੁਹਾਨੂੰ ਖੁਦ ਰਾਹ ਦਿਖਾਉਂਦਾ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਅੱਜ ਸਾਡੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਦਿਨ ਹੈ ਅਤੇ ਅਸੀਂ ਆਪਣੇ ਵਿਆਹ ਦੀ ਖਬਰ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰ ਰਹੇ ਹਾਂ। ਦੱਸ ਦਈਏ ਕਿ ਬੁਮਰਾਹ ਨੇ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਖੇਡੀ ਗਈ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਟੈਸਟ ਦੇ ਦੌਰਾਨ ਹੀ ਆਪਣਾ ਨਾਮ ਵਾਪਸ ਲੈ ਲਿਆ ਸੀ। ਜਸਪ੍ਰੀਤ ਬੁਮਰਾਹ ਨੇ BCCI ਤੋਂ ਨਿੱਜੀ ਵਜ੍ਹਾ ਦੇ ਕਰਕੇ ਛੁੱਟੀ ਮੰਗੀ ਸੀ, ਜਿਸ ਨੂੰ ਸਵੀਕਾਰ ਵੀ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਖਬਰਾਂ ਆਉਣ ਲੱਗੀਆਂ ਕਿ ਬੁਮਰਾਹ ਜਲਦੀ ਹੀ ਵਿਆਹ ਕਰਨ ਵਾਲੇ ਨੇ, ਇਸ ਲਈ ਉਹਨਾਂ ਨੇ ਛੁੱਟੀਆਂ ਲਈਆਂ ਨੇ। ਇਸ ਤੋਂ ਬਾਅਦ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਸ਼ੁਰੂ ਹੋਈ T20 ਸੀਰੀਜ਼ ਟੀਮ ਵਿੱਚ ਬੁਮਰਾਹ ਸ਼ਾਮਿਲ ਨਹੀਂ ਰਹੇ। ਹੁਣ ਜਾਣ ਲੈਂਦੇ ਹਾਂ ਕਿ ਜਸਪ੍ਰੀਤ ਬੁਮਰਾਹ ਦੀ ਹਮਸਫ਼ਰ ਬਣਨ ਵਾਲੀ ਸੰਜਨਾ ਗਣੇਸ਼ਨ ਕੌਣ ਹੈ। ਸੰਜਨਾ ਸਟਾਰ ਸਪੋਰਟਸ ਚੈਨਲ ਦੀ ਸ਼ੋਅ ਪ੍ਰੈਜ਼ੈਂਟਰ ਹੈ। ਕੁਝ ਦਿਨ ਪਹਿਲਾਂ ਉਹ IPL 2021 ਦੇ ਆਕਸ਼ਨ ਸ਼ੋਅ ਨੂੰ ਹੋਸਟ ਕਰਦੀ ਹੋਈ ਦਿਖਾਈ ਦਿੱਤੀ ਸੀ। ਕ੍ਰਿਕਟ ਵਿਸ਼ਵ ਕੱਪ 2019 ਦੇ ਦੌਰਾਨ ਉਹਨਾਂ ਨੇ ਮੈਚ ਪੁਆਇੰਟ ਅਤੇ ਚਿੱਕੀ ਸਿੰਗਲਸ ਨਾਂ ਦੇ ਸ਼ੋਅ ਹੋਸਟ ਕੀਤੇ ਸੀ। ਇਸ ਦੇ ਨਾਲ ਹੀ ਉਹ ਮਾਡਲਿੰਗ ਵੀ ਕਰ ਚੁੱਕੇ ਨੇ। 28 ਸਾਲ ਦੀ ਸੰਜਨਾ ਨੇ ਪੁਣੇ ਦੇ ਸਿੰਬਾਇਸਿਸ ਇੰਸਟੀਟਿਊਟ ਆਫ ਟੈਕਨੋਲੋਜੀ ਤੋਂ BTEC ਕੀਤਾ ਹੈ। ਉਹਨਾਂ ਦੇ ਪਿਤਾ ਦਾ ਨਾਮ ਗਣੇਸ਼ਨ ਰਾਮਾਸਵਾਮੀ ਹੈ ਅਤੇ ਉਹ ਮੈਨੇਜਮੈਂਟ ਗੁਰੂ ਨੇ। ਉਹਨਾਂ ਦੀ ਮਾਂ ਸੁਸ਼ਮਾ ਗਣੇਸ਼ਨ ਇੱਕ ਵਕੀਲ ਨੇ। ਸੰਜਨਾ ਨੇ ਸਾਲ 2013 ਵਿੱਚ ਫੈਮਿਨਾ ਮਿਸ ਇੰਡੀਆ ਪੁਣੇ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਉਹ ਇਸ ਮੁਕਾਬਲੇ ਦੇ ਫਾਈਨਲ ਤੱਕ ਪਹੁੰਚੀ ਸੀ। ਇਸ ਦੇ ਨਾਲ ਹੀ ਇਸੇ ਸਾਲ ਉਹਨਾਂ ਨੇ ਫੈਮਿਨਾ ਆਫੀਸ਼ਲੀ ਗੋਰਜੀਅਸ ਮੁਕਾਬਲਾ ਵੀ ਜਿੱਤਿਆ। ਸਾਲ 2014 ਵਿੱਚ ਉਹ MTV ਦੇ ਸ਼ੋਅ ਸਪਲਿਟਸ ਵਿਲਾ ਦਾ ਹਿੱਸਾ ਬਣੀ, ਹਾਲਾਂਕਿ ਸੱਟ ਲੱਗਣ ਕਾਰਨ ਉਹਨਾਂ ਨੂੰ ਸ਼ੋਅ ਵਿਚਾਲੇ ਹੀ ਛੱਡਣਾ ਪਿਆ। ਸਾਲ 2016 ਵਿੱਚ ਉਹਨਾਂ ਨੇ ਸਟਾਰ ਸਪੋਰਟਸ ਜੁਆਇਨ ਕਰ ਲਿਆ ਅਤੇ ਉਸ 'ਤੇ ਕਈ ਸ਼ੋਅ ਹੋਸਟ ਕਰਨ ਲੱਗੀ। ਇਸ ਵਿਚਾਲੇ ਉਹਨਾਂ ਨੂੰ IPL ਟੀਮ ਕੋਲਕਾਤਾ ਨਾਈਟ ਰਾਈਡਰਸ ਦੇ ਵੱਲੋਂ ਉਹਨਾਂ ਦਾ ਇੱਕ ਸ਼ੋਅ ਨਾਈਟ ਕਲੱਬ ਹੋਸਟ ਕਰਨ ਦਾ ਮੌਕਾ ਵੀ ਮਿਲਿਆ।